ਚਲੋ ਹਾਂਜੀ ਅੱਜ ਜੀ 26 ਜਨਵਰੀ ਵੇਖੋ ਯੂਟਿਊਬ ਤੇ ਅਸੀਂ ਅੱਜ ਜੀ 26 ਜਨਵਰੀ ਮਨਾ ਰਹੇ ਹਾਂ ਸਾਰੇ ਇੰਡੀਆ ਦੇ ਵਿੱਚ ਤੇ ਅਸੀਂ ਅੱਜ ਨੰਦੇੜ ਦੀਆਂ ਟਿਕਟਾਂ ਕਰਾਈਆਂ ਸੀਗੀਆਂ ਸਾਰੀ ਜਿੰਨੀ ਸੰਗਤ ਆ ਸਾਰੀ ਹਜ਼ੂਰ ਸਾਹਿਬ ਜਾਣ ਵਾਲੀ ਤੇ ਅੰਮ੍ਰਿਤਸਰ ਤੋਂ ਹਜ਼ੂਰ ਸਾਹਿਬ 10:55 ਤੇ ਫਲਾਈਟ ਸੀਗੀ ਤੇ ਉਸ ਤੋਂ ਬਾਅਦ ਜੀ ਆਪਣਾ ਇੱਥੇ ਅਸੀਂ 9 ਵਜੇ ਤੇ ਪਹੁੰਚ ਗਏ ਆ। ਚਲੋ ਅਸੀਂ ਤੇ ਘਰੋਂ ਪ੍ਰਸ਼ਾਦ ਪਾਣੀ ਚੱਕ ਕੇ ਕਈ ਵਿਚਾਰੇ ਦੂਰੋਂ ਆਏ ਜਲੰਧਰ ਤੋਂ ਲੁਧਿਆਣੇ ਤੋਂ ਉਹ ਭੁੱਖੇ ਭਾਣੇ ਇੱਥੇ ਬੈਠੇ ਨੇ। ਫਿਰ ਆ ਗਿਆ ਕਿ 12:15 ਫਲਾਈਟ ਚੱਲਣੀ ਹੈ, ਫਿਰ ਆ ਗਿਆ 1:15, ਫਿਰ ਆਉਂਦੇ 3 ਵਜੇ, ਫਿਰ 5 ਵਜੇ, ਹੁਣ ਆ ਰਿਹਾ 6 ਵਜੇ ਤੇ ਸਾਰੇ ਇੱਥੇ ਭੁੱਖੇ ਭਾਣੇ ਬੈਠੇ ਨੇ। ਆਹ ਏਅਰ ਇੰਡੀਆ ਦੀ ਫਲਾਈਟ ਦਾ ਹਾਲ ਆ ਤੇ ਜਿਹੜੀਆਂ ਬਾਕੀਆਂ ਫਲਾਈਟਾਂ ਸਾਰੀਆਂ ਤਿਆਰੀ ਆ। ਕਦੀ ਕਹਿੰਦੇ ਟੈਕਨੀਕਲ ਫੋਲਟ ਆ, ਕੋਈ ਕੁਝ ਕਹਿ ਰਿਹਾ, ਕੋਈ ਕੁਝ ਕਹਿ ਰਿਹਾ। ਜੇ ਅਸੀਂ ਬੁਲਾ ਰਹੇ ਹਾਂ ਕਿ ਇੱਥੇ ਮੈਨੇਜਰ ਨੂੰ ਬੁਲਾਓ, 1.5 ਘੰਟਾ ਹੋ ਗਿਆ ਸਾਰਿਆਂ ਨੂੰ ਇੱਥੇ ਰੌਲਾ ਪਾਉਂਦਿਆਂ ਜੀ, ਕੋਈ ਏਅਰ ਇੰਡੀਆ ਦਾ ਮੈਨੇਜਰ ਨਹੀਂ ਆ ਰਿਹਾ, ਕੋਈ ਕੁਛ ਨਹੀਂ। ਆਹ ਸਾਰੇ ਇੱਕ ਇੱਥੇ ਵੀਰ ਜੀ ਸੀਗੇ, ਉਹਨਾਂ ਦਾ ਬੱਚਾ ਬਿਮਾਰ ਹੋ ਗਿਆ, ਉਹਦੇ ਵਾਸਤੇ ਕੋਈ ਦਵਾਈ ਨਹੀਂ, ਕੋਈ ਕੁਝ ਨਹੀਂ, ਤੇ ਕੋਈ ਵੀ ਇੱਥੇ ਸਾਨੂੰ ਅਕੋਮੋਡੇਟ ਨਹੀਂ ਕਰ ਰਿਹਾ। ਆਹ ਅੱਜ ਵੇਖੋ 26 ਜਨਵਰੀ ਇੱਕ ਪਾਸੇ ਸਾਡਾ ਮੁਲਕ ਮਨਾ ਰਿਹਾ ਭਾਰਤ ਦੇ ਵਿੱਚ, ਤੇ ਦੂਜੇ ਪਾਸੇ ਆ ਲੋਕੀ ਖੱਜਲ ਖਰਾਬ ਹੁੰਦੇ ਪਏ ਨੇ। ਆਹ ਬੁਰਾ ਹਾਲ ਆ। ਰਿਸ਼ੂ ਜੀ ਬੋਲੋ, ਭਾਈ ਸਾਹਿਬ ਜੀ ਇਹਨਾਂ ਦੇ ਹਾਲ ਕਹਦਾ ਜੀ, ਹਾਲ ਬੁਰੇ ਤੋਂ ਬੁਰਾ ਹਾਲ ਹੈ, ਲੋਕ ਪਰੇਸ਼ਾਨ ਹੈ। 8-7 ਵਜੇ ਦੇ ਇੱਥੇ ਖੜੇ ਨੇ ਲੋਕ, ਬੁਰੇ ਹਾਲ ਹੈ। ਇਹਨਾਂ ਨੂੰ ਪਤਾ ਵੀ ਕਿ ਇਹਨਾਂ ਦੇ ਕੰਨ ਤੇ ਜੂਰੀ ਸਰਕਦੀ, ਇਹਨਾਂ ਨੇ ਇੰਨਾ ਦੁਖੀ ਕੀਤਾ ਸਾਰੇ ਲੋਕਾਂ ਨੂੰ। ਆਹ ਮੇਰੇ ਵੀਰ ਜੀ ਨੇ ਜੋ ਕਿਹਾ ਬਿਲਕੁਲ ਸੱਚ ਕਿਹਾ, ਇਹਦਾ ਸਾਡਾ ਕੋਈ ਗੌਰ ਨਹੀਂ ਇੱਥੇ ਇਹਨਾਂ ਦੀ, ਕੋਈ ਸਾਨੂੰ ਪੁੱਛਦਾ ਨਹੀਂ ਇੱਥੇ ਕਿਸੇ ਕਿਸਮ ਦੀ ਵੀ ਗੱਲ। ਅਸੀਂ ਬੜੇ ਦੁਖੀ ਹੈ ਔਰ ਦੁਖਲ ਹੋ ਕੇ ਸਾਰੇ ਲੋਕ ਇਕੱਠੇ ਹੋ ਕੇ ਇੱਥੇ ਆਏ ਆ। ਮੈਨੇਜਰ ਸਾਹਿਬ ਆ ਨਹੀਂ ਰਹੇ, ਉਹ ਸਾਡੇ ਮੱਥੇ ਨਹੀਂ ਲੱਗ ਰਹੇ, ਅਸੀਂ ਕਿਉਂ ਦੱਸੀਏ ਦੱਸੋ। ਇਹੋ ਜੀ ਮੋਦੀ ਦੀ ਸਰਕਾਰ ਨੇ ਸਾਨੂੰ ਰਗੜ ਕੇ ਰੱਖ ਦਿੱਤਾ ਫੜ ਕੇ ਲੋਕਾਂ ਨੂੰ, ਕੋਈ ਟਾਈਮ ਨਹੀਂ, ਕੋਈ ਇੱਥੇ ਕਿਸੇ ਦੀ ਸੁਣਵਾਈ ਨਹੀਂ। ਕਿਆ ਸਮੱਸਿਆ ਆ ਰਹੀ ਆਪਕਾ? ਮੇਰਾ ਨਾਮ ਸੁਖਜਿੰਦਰ ਸਿੰਘ ਹੈ। ਅਸੀਂ ਹਜ਼ੂਰ ਸਾਹਿਬ ਕੀ ਯਾਤਰਾ ਕੇ ਲਈ ਆਏ ਹੈ, ਟਿਕਟਾਂ ਏਅਰ ਇੰਡੀਆ ਕੀ ਲੀਆਂ, ਤੋ ਏਅਰ ਇੰਡੀਆ ਕਾ ਬਹੁਤ ਮਾੜਾ ਹਾਲ ਹੈ ਇਸਕਾ। ਜਿੰਨਾ ਕਾ ਟਾਈਮ ਥਾ 10:45, ਉਸਕੇ ਬਾਅਦ ਇਸਨੇ ਕਰ ਦਿਆ 12 ਵਜੇ, 12 ਤੋਂ ਬਾਅਦ ਫਿਰ 1:15, ਅਭੀ ਬੋਲਤੇ 3 ਵਜੇ ਆਏਗਾ, 6 ਵਜੇ ਇਸੇ ਦਿਸੇ ਜਾਏਗਾ। ਦੇਖੋ ਸੁਬਹ ਕੇ ਯਾਤਰੀ ਹੈ ਜੋ ਬਹੁਤ ਪਰੇਸ਼ਾਨ ਹੋ ਰਹੇ ਹੈ, ਤਕਰੀਬਨ ਇਸਕੀ ਗਿਣਤੀ ਯਾਤਰੀ ਕੀ 150 ਦੇ ਕਰੀਬ ਹੈ। ਸਭੀ ਜੇ ਭੁੱਖੇ ਪੜੇ ਹੈ, ਯਹਾਂ ਬੈਠੇ ਹੋਏ ਹੈ ਭੁੱਖੇ, ਕੋਈ ਖਾਣਾ ਨਹੀਂ ਮਿਲਾ, ਜੋ ਮਿਲਤਾ ਹੈ ਤੋ ਬਹੁਤ ਕੋਸਟਲੀ ਮਿਲਤਾ ਹੈ। ਯਹਾਂ ਇੱਕ ਛੋਟਾ ਬੱਚਾ ਹੈ, ਉਹ ਬਿਮਾਰ ਪੜਾ ਹੈ, ਉਸਕੋ 300 ਰੁਪਏ ਕੀ ਚਿਪਸ ਮਿਲੀ ਪੈਕਟ, ਤੋ ਦੁੱਧ ਨਹੀਂ ਮਿਲ ਰਿਹਾ। ਦੇਖੋ ਯੇ ਏਅਰ ਇੰਡੀਆ ਕਾ ਯੇ ਹਾਲ ਹੈ, ਹਮਾਰੇ ਦੇਸ਼ ਕਾ ਕਿਆ ਬਨੇਗਾ। ਯੇ ਯਾਤਰੀ ਜੋ ਐਸੇ ਪਰੇਸ਼ਾਨ ਹੋ ਰਹੇ ਹੈ, ਯਾਤਰਾ ਕਰਨੀ ਜਾ ਰਹੀ ਹੈ ਤੋ ਦੇਖੋ, ਜੇ ਸੁਬਹਾ ਕਾ ਹਮ 4 ਵਜੇ ਉੱਠੇ ਹੈ ਤੋ ਤਿਆਰ ਹੋ ਗਏ, ਤੋ 8 ਵਜੇ ਯਹਾਂ ਏਅਰਪੋਰਟ ਪਰ ਆਏ ਹੈ, ਤੋ ਯੇ ਦੇਖੋ ਕਿਤਨਾ ਮਾੜਾ ਹਾਲ ਹੈ, ਕੋਈ ਖਾਣਾ ਨਹੀਂ ਹੈ, ਕੋਈ ਪੀਣਾ ਨਹੀਂ ਹੈ। ਤੋ ਯਾਤਰੀਓ ਕਾ ਕਿਆ ਯੇ ਕਿਆ ਜਾ ਕੇ ਕਰੇਂਗੇ, ਉਹ ਯੇ ਹਜ਼ੂਰ ਸਾਹਿਬ ਜਾ ਕੇ ਵਹਾਂ ਜਾ ਕੇ ਕਮਰਾ ਲੈਣਾ ਹੈ, ਜੋ ਰਾਤ ਯਹਾਂ ਸੇ ਜਾਏਂਗੇ 8-10 ਵਜੇਗੇ, ਵਹਾਂ ਵੀ ਕਨਫਿਊਜ਼ ਹੋਏਗੇ, ਕਮਰਾ ਨਹੀਂ ਮਿਲੇਗਾ, 12 ਵਜੇ ਤੱਕ ਵਹਾਂ ਖਾਣਾ ਨਹੀਂ, ਬੰਦ ਵੀ ਹੋ ਜਾਏਗਾ, ਖਾਣਾ ਵੀ ਨਹੀਂ ਮਿਲੇਗਾ। ਇਹ ਹਾਲ ਹੈ ਏਅਰ ਇੰਡੀਆ ਕਾ। ਅਸੀਂ ਕਿਆ ਇਸਕੋ ਉਮੀਦ ਕਰ ਸਕਦੇ ਹੈ ਕਿ ਯੇ ਬੜੀ ਯਾਤਰਾ ਇੰਡੀਆ ਨੇ ਤਰੱਕੀ ਕੀ ਹੈ, ਏਅਰ ਇੰਡੀਆ ਕਾ ਬਹੁਤ ਮਾੜਾ ਹਾਲ ਹੈ।